मुचरा करवाएगा इससे। तेरे में हाँ, इससे मुचरा करवाएगा। हाँ ठीक है, पहले मैंने जहाज का अश्क रहा। क्या बकवास कर रहे हो? विदाउट अमाउंट ऑफ फायर ऑफ के जी एफ। हेलो जी, मैं किराना का सर। ਤੁਹਾਡਾ ਸੌਦੀਆ ਤੋਂ ਫੋਨ ਆਇਆ। ਕੀ ਕਹਿੰਦੇ ਨੇ? ਹਾਜੀ ਰੋੜੇ ਮਾਰਨ ਤੋਂ ਬੈਠੇ ਨੇ। ਪਿੰਡ ਚ ਕਿਹੜਾ ਕਿਹੜਾ ਅੱਜ ਤੇ ਮੁਜਰਾ ਸੁਣ। ਅੱਗੇ ਨਿਕਲ ਨਹੀਂ, ਇੱਧਰ ਆਓ ਮੁਫਤ ਬਰਾ। ਜਾ ਤੁਸੀਂ, ਤੁਹਾਨੂੰ ਡਾਲਰਸ ਦੇ ਕੇ ਆਣਾ ਨਾ। ਅੱਗੇ ਆ ਲਈ ਮੁਜਰਾ ਕਰ। ਚੌਧਰੀ ਸਾਹਿਬ, ਤੁਹਾਨੂੰ ਅੱਲਾ ਦਾ ਵਾਸਤਾ ਜੀ, ਨਾਲਾ ਬੀਬੀ ਨੂੰ ਮੁਜਰੇ ਦਾ ਨਾ ਕਹਿਣਾ। ਹੋਰ ਇਹਦੇ ਕੋ ਕਣਕ ਵੜਵਾ ਲਈਏ ਜਾਂ ਵੱਡੇ ਛੋਟੇ ਆਲੂ ਲਾਹ ਦਾ ਲੱਗਾ ਕਰਾ ਲਈਏ। ਕੀ ਕਰਾਈਏ? ਦੇਖ ਲਓ, ਮੁਜਰਾ ਨਹੀਂ ਕਰਾਉਣਾ। ਨਹੀਂ ਨਹੀਂ ਜਾਦੋ, ਮੇਰੇ ਅੱਲਾ ਦਾ ਵਾਸਤਾ, ਅੱਜ ਮੇਰੀ ਜਗ੍ਹਾ ਤੇ ਤੂੰ ਮੁਜਰਾ ਕਰ ਦੋ। ਹਾਂ ਮੈਂ ਬਚਪਨ ਤੋਂ ਵੇਖ ਵੇਖ ਕੇ ਆਇਆ, ਕੋ ਨਵਾਂ ਵੇਖਣਾ। ਬਚਪਨ ਵਾਲੀ ਇੱਧੇ ਢੋਰ ਦੇ ਜਿਵੇਂ ਪਿਆ। ਮੇਰੀ ਗੱਲ ਸੁਣ, ਮੇਰੀ ਗੱਲ। ਉਹਨਾਂ ਨੂੰ ਆਂਦਾ ਹੀ ਨਾ ਹੋਵੇ ਮੁਜਰਾ। ਕਿਹਨੂੰ? ਇਹਨਾਂ ਨੂੰ। ਫਰੋਜ਼ਾ ਅਲੀ ਦਾ ਮੁਜਰਾ ਤੇ ਪੂਰੇ ਲਾਹੌਰ 'ਚ ਮਸ਼ਹੂਰ ਹੈ। ਇਧਰ ਰਕਸ਼ੇ ਦੀ ਕਿਟ ਕਿਟ ਤੇ ਪਿੱਟ ਪਿੱਟ ਤੇ ਵੀ ਨੱਚ ਪੈਂਦੀ ਏ। ਅੱਗੇ ਆ ਲਈ ਚੋਲੀ ਸਾਹਿਬ, ਮੁਜਰਾ ਕਰ। ਅੱਲਾ ਦਾ ਵਾਸਤਾ ਜੀ, ਬੀਬੀ ਜੀ ਦੀ ਇੱਜ਼ਤ ਨਾ ਲੁੱਟਣਾ। ਇਹ ਤੇ ਮੇਰੇ ਦਿਨ ਚ ਹੀ ਨਹੀਂ ਸੀ, ਚੰਗਾ ਕੀਤਾ ਯਾਦ ਕਰਾਤਾ ਹੀ। ਅੱਗੇ ਆ ਲਈ ਮੇਰੀ ਜਗ੍ਹਾ ਤੇ, ਤੁਮ ਆਪਣੀ ਇੱਜ਼ਤ ਲੁਟਵਾ ਦੋ। ਬਚਪਨ ਦੀ ਲੁੱਟ ਲੁੱਟ ਤੰਗ ਆ ਗਏ ਆ। ਅੱਗੇ ਆ ਲਈ ਕੀ ਹੋ ਗਿਆ? ਕੀ ਹੋ ਗਿਆ? ਇੱਧਰ ਆ ਨਹੀਂ ਸਟਿੰਗ। ਅੱਲਾ ਮੁਜਰਾ ਨਾ ਕਰ। ਕਲਮਾ ਸ਼ਹਾਦਤ। Why are you making a noise? Why? You bloody bitch! किसने कहा मुजरा करवाने के लिए? मैं। इतनी तेरी जुरत, तू मारेगा हमें? मुजरा करवाएगा इससे? तेरे में। हाँ, इससे मुजरा करवाएगा? हाँ। ठीक है, पहले मैंने जहाज का अश्क रहा। बड़े बड़े हराम दे वेखे, अकाउंट वाला हराम दा अज वेखे। आप चाहे अंदर अंदर कौन नाच रही? डोंट टच, आई विल टेल यू बस्टर्ड्स। ओए नु कोई शायद चटी वो रेडी हो जा। ओए 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 रेडी हो जा। हतू के हतू के लाते नु दे साले। हतू के हतू के हतू के मुगा फायर। ए कौन है साला? इदी मां ने भुन के कढ़या नु ਲਾਣੋ ਤਾਂ ਭਾਈ। ਵੈਰੀ ਗੁੱਡ। ਤੁਸੀਂ ਕਿਹਾ ਸੀ ਉਹ ਕੀ ਹੈ? ਮਾਫੀ ਮੰਗਦਾ। ਵੈਰੀ ਗੁੱਡ। ਚਿੰਜ ਕਿਉਂ ਹੋ ਗਿਆ? ਵੈਰੀ ਗੁੱਡ ਯਾਰ, ਬਹੁਤ ਅੱਛੀ ਐਕਟਿੰਗ ਕੀਤੀ ਤੁਸੀਂ। ਸੀ ਕਿਹਾ ਸੀ ਯਾਰ, ਉਹਨੂੰ ਲੱਗਾ ਮੈਂ ਪੀਤੀ ਹੋਈ ਹੈ। ਉਹ ਤਾਂ ਡਰ ਵੀ ਗਈ ਹੈ ਯਾਰ। ਸਾਰੀ ਦੁਨੀਆ ਸ਼ਰਾਬ ਪੀ ਕੇ ਤਮਾਸ਼ ਵੀ ਨਹੀਂ ਕਰਦੀ, ਮੈਂ ਲੱਸੀ ਪੀ ਕੇ ਕਰ ਲਈ। ਹੈ? ਤੇਰੀ ਭੈਣ ਕਦਾਂ ਮੈਨੂੰ ਸਹੀ ਪਿਆਤੀ ਹੂੰ? ਆਪ ਲੱਸੀ ਸਾਨੂੰ ਪੱਠੀ। ਚਾਚਾ ਹੌਸਲਾ ਕਰ, ਤੂੰ ਕਿਹੜਾ ਪਹਿਲੀ ਵਾਰੀ ਪੀਤੀ? ਚਾਚਾ ਉਲਟੀ ਨਾ ਕਰੀ, ਐਵੇਂ ਧੋਤੀ ਖਰਾਬ ਹੋ ਜਾਏਗੀ। ਪਰੇ ਪਹਿਲੇ ਤੋੜਦੀ ਪਈ, ਤੈਨੂੰ ਪਹਿਲੇ ਤੋੜਦੀ, ਅੱਜ ਹੀ ਕੁੱਤੀ ਸੂਈ ਹੈ। ਮੈਂ ਵੀ ਕਹਾਂ ਸ਼ਰਾਬ ਚਿੰਬੜਨ ਕੁੜਈ। ਚੱਲ ਕੀ ਹੋਇਆ ਚਾਚਾ? ਕਿੱਧਰ? ਚਾਚਾ ਪਿਛਲੇ ਧੱਕੇ ਤੋਂ ਤੂੰ ਸ਼ੇਖੂਪੁਰਿਓਂ ਵਾਪਸ ਆਇਆ, ਬਾਅਦ ਆਇਆ ਕਰ। ਕੀ ਹੋਇਆ? ਆ ਗਏ ਯਾਦ। ਮਾਮੇ ਦੀ ਕੁੜੀ ਕਿੱਥੇ ਆਈ? ਮਾਮੇ ਦੀ ਕੁੜੀ ਸਾਲਿਆ 5000 ਲੈ ਗਏ, 2500 ਚ ਤੇ ਉਂਝ ਆਈ ਜਾਂਦੀ ਓ। ਕੁੜੀ ਕਿੱਥੇ ਆਈ? ਓ ਕਿੱਥੇ ਆਈ? ਤੇਰਾ ਰਿਸ਼ਤਾ ਲੈਣ ਦੇ ਗਿਆ ਸਾਂ। ਉਹ ਨੈਸ਼ੀ ਨਾ ਪਾਈ। ਨੈਸ਼ੀ ਵਾਲੀ ਗੱਲ ਨਹੀਂ ਚਾਚਾ, ਗੈਰਤ ਵਾਲੀ ਗੱਲ ਹੈ। ਮੈਂ ਜਾ ਕੇ ਆਪਣੇ ਮਾਮੇ ਨੂੰ ਕਿਹਾ, ਮੈਂ ਤੇਰੀ ਧੀ ਦਾ ਵਿਆਹ ਇੱਕ ਉੱਚੇ ਲੰਮੇ ਸ਼ੀ ਜਵਾਨ ਬਜ਼ੁਰਗ ਨਾਲ ਕਰਵਾ ਦਿੰਦਾ। ਜਿਵੇਂ ਪਿਆ ਤੇ ਚਾਚਾ, ਉਹਨਾਂ ਨੇ ਸ਼ਰਤ ਇੰਜ ਦੀ ਰੱਖੀ ਏ, ਉਹ ਸ਼ਰਤ ਭਾਵੇਂ ਤੂੰ ਮੰਨ ਲਵੇਂ, ਲੇਕਿਨ ਮੈਨੂੰ ਸ਼ਰਤ ਮਨਜ਼ੂਰ ਨਹੀਂ। ਉਹ ਕੀ ਸ਼ਰਤ ਰੱਖਦੀ ਉਹਨਾਂ ਨੇ? ਮੇਰੇ ਮਾਮੇ ਨੇ ਕਿਹਾ, ਅਗਰ ਉਸ ਚਾਚੇ ਨੇ ਮੇਰੀ ਧੀ ਦਾ ਵਿਆਹ ਕਰਨਾ ਤੇ ਆਪਣੀ ਧੀ ਦਾ ਵਿਆਹ ਉਹ ਮੇਰੇ ਨਾਲ ਕਰੇ, ਮੇਰੇ ਨਾਲ। ਤੇ ਮੈਂ ਕਿਹਾ ਨਹੀਂ, ਅਸੀਂ ਚਾਚਾ ਦੀ ਧੀ ਨਾਲ ਅੱਜ ਤੱਕ ਇਸ ਨਜ਼ਰ ਨਾਲ ਵੇਖਿਆ ਹੀ ਨਹੀਂ। ਅਸੀਂ ਗੈਰਤਮੰਦ ਪਿੰਡ ਦੇ ਆ, ਅਸੀਂ ਇਹਨਾਂ ਪਰਦਿਆਂ ਨੂੰ ਗੈਰਤ ਨਾਲ ਵੇਖਿਆ,
ਤੁਸੀਂ ਤੀਨੋਂ ਸੀ ਕਿਸੇ ਨਾਲ ਸਰਸਰ ਵੇਖ ਸਕਦੇ ਆ। ਉਹ ਜਿਵੇਂ ਪਿਆ ਓਏ ਲੋਕੀ ਗਲਤ ਕਹਿੰਦੇ ਨੇ ਕਿ ਯਾਰਾਂ ਦੋਸਤਾਂ ਨੂੰ ਕਾਣ ਲਈ ਜਾਣਾ ਚਾਹੀਦਾ, ਉਹ ਤੂੰ ਉਹਨੂੰ ਭੈਣ ਸਮਝਦਾ? ਉਹ ਨਹੀਂ ਓਏ ਮਰਦਾਰ ਤੇਰੀ ਸੋਚ ਦੇ ਹੀ ਜਿਵੇਂ ਪਿਆ ਬੱਚੇ ਆ। ਚਾਚਾ ਤੂੰ ਕਲਚ ਕਢਾ ਕੇ ਨਾ ਆਟੋ ਹੋ ਜਾ। ਓਏ ਗੱਲ ਸੁਣ ਓਏ, ਇਹ ਫੈਸਲਾ ਤੈਨੂੰ ਕਿਉਂ ਨਹੀਂ ਕਬੂਲ? ਬਸ ਜਦੋਂ ਮੈਨੂੰ ਜੋ ਕਬੂਲ ਹੈ ਮਾਮੇ ਦੀ ਕੁੜੀ ਮੈਨੂੰ ਦੇ। ਨਾ ਮੈਂ ਤੇਰੀ ਧੀ ਦਾ ਵਿਆਹ ਨਹੀਂ ਕਰਨਾ। ਤੈਨੂੰ ਕਰਨਾ ਪੈਣਾ। ਮੈਂ ਨਹੀਂ ਕਰਨਾ। ਤੈਨੂੰ ਕਰਨਾ ਪੈਣਾ। ਨਹੀਂ ਕਰਨਾ। ਕਰਨਾ ਬਸ ਓਏ ਤੁਸੀਂ ਆਪਣੀ ਦੇ ਲਗੇ। ਇਸ ਹਵੇਲੀ ਚ ਉਹੀ ਹੋਏਗਾ ਜੋ ਮੈਂ ਕਹਾਂਗਾ, ਕਿਉਂਕਿ ਮੈਂ ਇਸ ਪਿੰਡ ਦਾ ਇਕੱਲਾ ਇਕੱਲਾ ਵਾਰਸ ਹਾਂ। ਤੇ ਤੂੰ ਚਾਚੇ ਦੀ ਖਾਤਰ ਕੁਰਬਾਨੀ ਦੇਏਗਾ, ਚਾਚੇ ਦਾ ਵਿਆਹ ਕਰੇਗਾ ਤੇ ਚਾਚੇ ਦੀ ਧੀ ਨਾਲ ਵਿਆਹ ਤੂੰ ਕਰੇਗਾ। ਮੈਂ ਚੌਧਰੀ ਸਾਹਿਬ? ਹਾਂ। ਇਹ ਕਿਹੜਾ ਫੈਸਲਾ ਸੁਣਾਤਾ ਚੌਧਰੀ ਸਾਹਿਬ? ਤੂੰ ਚਾਚੇ ਦੀ ਧੀ ਨਾਲ ਵਿਆਹ ਕਰੇਗਾ ਔਰ ਕੱਲ ਹੀ ਕਰੇਗਾ, ਕੱਲ ਹੀ ਨਿਕਾਹ ਹੋਏਗਾ। ਕੀ ਕਹਿ ਰਹੇ ਚੌਧਰੀ ਸਾਹਿਬ? ਮੈਂ ਸਹੀ ਕਹਿ ਰਿਹਾ, ਮੈਂ ਚਾਚੇ ਦੀ ਧੀ ਨਾਲ ਕੱਲ ਵਿਆਹ ਕਰਾਂਗਾ। ਹਾਂ। ਨਹੀਂ। ਹਾਂ। ਅੱਜ ਹੀ। ਜਿਵੇਂ ਪਿਆ। ਚਲੋ ਬਈ। ਓਏ ਬਹੁਤ ਹੀ ਬੋਰ ਗਾਉਂ ਹੈ ਆਪ ਲੋਗੋਂ ਕਾ ਯਾਰ। ਕਿਆ ਹੁਆ, ਸਮੈਲ ਨਹੀਂ ਆ ਰਹੀ? ਸਾਲਾ ਅੱਜ ਕੱਲ ਡੈਂਗੀ ਕਿੱਡਾ ਖੁਸ਼ ਹੈ। ਤੂੰ ਮਤ ਸਰਕਤੇ ਕਰਤੇ ਹੋ ਆਪ ਲੋਗ। ਕਿਆ ਹੁਆ? ਮੈਂ ਥੋੜੀ ਦੇਰ ਕੇ ਲਈ ਅੰਦਰ ਸੋਇਆ ਹੂੰ। ਹਾਂ। ਕੋਈ ਮੇਰੇ ਮੂੰਹ ਪੇ ਥੂਕ ਕੇ ਗਿਆ। ਤੇਰੇ ਮੂੰਹ ਨੂੰ ਡਸਟਬਿਨ ਸਮੇ ਰਹੇ ਨੇ। ਬਾਬਾ ਤੂੰ ਮਰਨੇ ਉਹ ਸਾਲਿਆ ਤਸਮਾ ਹੀ ਮੱਥੇ ਦੇ ਬੰਨ ਲੈ ਕੇ ਤੇ ਉਹਦੀ ਚਿੱਟਾ ਨਜ਼ਰ ਆ। ਬੇੜਾ ਕਰ। ਇੰਜ ਦਾ ਬੱਚਾ ਪੈਦਾ ਹੋਵੇ ਨਾ ਪਿਓ ਵੇਖਦੇ ਹੀ ਕਹਿ ਦਿੰਦਾ ਮੈਂ ਆਪਣੇ ਭਰਾ ਨੂੰ ਦੇ ਦੇਣਾ, ਉਹਦੇ ਘਰ ਲਾਤ ਨਹੀਂ ਹੈ। ਉਹ ਜ਼ਾਹਿਰ ਹੈ ਮਾਂ ਕੇ ਘਰ ਮੇ KGF ਪੈਦਾ ਹੋਇਆ। ਉਹ ਠਹਿਰੋ KGF। ਹੈਲੋ ਜੀ ਮੈਂ ਕਰਾਨਾ ਘਰ। ਸਰ ਤੁਹਾਡਾ ਸੌਦੀਆ ਤੋਂ ਫੋਨ ਆਇਆ। ਕੀ ਕਹਿੰਦੇ ਨੇ? ਹਾਜੀ ਰੋੜੇ ਮਾਰਨ ਤੋਂ ਬੈਠੇ ਨੇ। ਯਾਰ ਕਿੱਦਾਂ ਮੁਨਸਫ ਹੈ। ਹਾਂਜੀ। ਅੱਛਾ ਬਾਤ ਇਹ ਹੈ, ਇਸ ਵਕਤ ਮੈਂ ਹੂੰ ਬਿਜ਼ੀ, ਆਪ ਐਸਾ ਕਰੇ ਗਾਲੀਆਂ ਸ਼ਾਲੀਆਂ ਦੇ ਕੇ ਚਲੇ ਜਾਓ। ਠੀਕ ਹੈ? ਤੇਰੀ ਮਾਂ ਨੂੰ, ਤੇਰੀ ਭੈਣ ਨੂੰ, ਕਿਸੇ ਕਿਤੇ ਤੇਰੀ ਭੈਣ ਨੂੰ, ਤੇਰੀ ਤੈਨੂੰ ਸ਼ੈਤਾਨ ਨੂੰ ਸ਼ੈਤਾਨ ਦੀ ਗੱਲ ਨਹੀਂ ਲੱਗਦੀ। ਮਾਮੇ ਦੀ ਕੁੜੀ ਕਿੱਥੇ? ਕਿਸ ਕਾ ਹੈ ਯੇ ਫੋਨ? ਯੇ ਤੁਹਾਰਾ ਹੈ? ਤੁਹਾਰਾ? ਹਾਂਜੀ। ਆਪਕਾ ਫੋਨ ਹੈ? ਆਪਕਾ? ਮੇਰਾ ਫੋਨ ਹੈ। ਹਾਂ ਭਾਈਜਨ, ਮੇਰੀ ਤਰਫ ਸੇ ਆਪਕੋ ਗਿਫਟ ਹੈ ਭਾਈਜਨ। ਬਿਸਮਿਲ੍ਲਾ। ਤਾਲੀਆਂ ਭਾਈਜਾਨ। ਯਾਰ ਕੀ ਕਰ ਰਿਹਾ ਨਾ ਤੂੰ? ਮਾਇੂਸ ਨਹੀਂ ਹੋਣਾ, ਭੈਣ ਨੂੰ ਮੋਬਾਈਲ ਮਿਲਿਆ ਤੁਹਾਨੂੰ ਭੈਣਾ ਦੇ।